ਸਵੇਰੇ ਜਦੋਂ ਸਾਡੇ ਪਰਿਵਾਰਕ ਮੈਂਬਰ ਜਿਹੜੀ ਸਾਰੀ ਇੱਥੋਂ ਦੀ ਦੇਖਭਾਲ ਕਰਦੇ ਨੇ, ਉਹਨਾਂ ਨੇ ਸਵੇਰੇ 8:30 ਵਜੇ, ਕਿਉਂਕਿ ਸਾਡੇ ਇੱਥੇ ਬਰਸਾਤ ਕਰਕੇ ਕਾਫੀ ਜੰਗਲ ਦੀ ਜਿਹੜੀ ਹੈ ਨਾ ਬੂਟੀ ਬਾਟੀ ਜੀ ਹੋਈ ਸੀ, ਤਾਂ ਉਹਨੂੰ ਸਫਾਈ ਕਰਾਉਣ ਵਾਸਤੇ ਮਜ਼ਦੂਰ ਲਾਏ ਸੀ। ਤਾਂ ਜਦੋਂ ਸਾਰਾ ਸਾਡਾ ਗਲੀ ਸਾਫ਼ ਕਰਦਿਆਂ, ਜਦੋਂ ਉਹ ਸਾਡੇ ਪਾਰਕ ਜਿਹੜਾ ਘਰ ਦੇ ਨਾਲ ਪਾਰਕ ਹੈ ਉੱਥੇ ਗਏ, ਅਤੇ ਉੱਥੇ ਸਫਾਈ ਕਰਦਿਆਂ ਕਰਦਿਆਂ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਦੇਖਿਆ ਕਿ ਇੱਕ ਕਾਲੇ ਰੰਗ ਦਾ ਲਿਫਾਫਾ ਜਿਹੜਾ ਕਿ ਇੱਕ ਬਿਲਕੁਲ ਨੁੱਕਰ ਦੇ ਵਿੱਚ ਪਿਆ ਹੋਇਆ, ਜਿਹੜਾ ਸਾਡੇ ਘਰ ਦੇ ਗੈਰਜ ਉਹਦੇ ਨਾਲ ਪਿਆ ਸੀ। ਅਤੇ ਉਹਨੇ ਉਸੇ ਵੇਲੇ ਹੀ ਇਤਲਾਹ ਦਿੱਤੀ, ਜਿਹੜੇ ਸਾਡੇ ਗੇਟ 'ਤੇ ਸੰਤਰੀ ਖੜ੍ਹਾ ਸੀ, ਅਤੇ ਸੰਤਰੀ ਨੇ ਆ ਕੇ ਜਦੋਂ ਵੇਖਿਆ ਤਾਂ ਉਹਦੇ ਵਿੱਚ ਇੱਕ ਪਿਸਟਲ ਸੀ, 2 ਮੈਗਜ਼ੀਨ AK-47 ਦੇ, ਅਤੇ ਨਾਲ ਕਾਫੀ ਜਿਹੜੀ ਤਾਦਾਦ ਦੇ ਵਿੱਚ ਉਹਦਾ ਐਮੋਨੇਸ਼ਨ ਸੀ, ਜਿਹਦੀ ਅਸੀਂ ਮੈਂ ਇਤਲਾਹ ਮੁੜ ਕੇ SSP ਬਟਾਲਾ ਨੂੰ ਦਿੱਤੀ, ਅਤੇ SSP ਬਟਾਲਾ ਨੇ ਫਤਿਹਗੜ੍ਹ ਚੂੜੀਆਂ ਦੇ SHO ਨੂੰ ਭੇਜ ਕੇ ਅਤੇ ਸਾਰੀ ਜਿਹੜੀ ਅਗਲੇਰੀ ਕਾਰਵਾਈ ਕਰਕੇ ਅਤੇ ਆਪਣੀ ਤਫਤੀਸ਼ ਸ਼ੁਰੂ ਕੀਤੀ ਆ। ਅਤੇ ਮੈਂ ਇਹੀ ਕਹਿ ਸਕਦਾ ਕਿ ਕੋਈ ਉਹਨੂੰ ਵੀ ਪੁਲਿਸ ਹੀ ਇਹਦੇ ਬਾਰੇ ਜ਼ਿਆਦਾ ਦੱਸ ਸਕਦੀ ਆ ਕਿ ਇਹ ਕੀ ਮੈਟਰ ਆ ਅਤੇ ਕੀ ਸਿਸਟਮ ਹੈ ਸਾਰਾ। ਉਹੀ ਅੱਜ SI ਦਲਵਿੰਦਰ ਸਿੰਘ ਨੇ ਦਰਾਨੇਗਸਤ ਅਰਪਿੰਦਰ ਸਿੰਘ ਸਨ ਆਫ ਸੁਲੱਖਣ ਸਿੰਘ ਪਿੰਡ ਦਾਦੂ ਜੋਧ ਜਿਹੜੇ ਆ ਇਹਨੂੰ ਮਿਲੇ, ਜਿਨ੍ਹਾਂ ਨੇ ਦੱਸਿਆ ਕਿ ਵੀ ਅੱਜ ਅਸੀਂ ਪੰਚਾਇਤ ਦੀ ਜਗ੍ਹਾ ਦੇ ਵਿੱਚ ਪਿੰਡ ਦਾਦੂ ਜੋਧ ਦੇ ਵਿੱਚ ਅਸੀਂ ਜਿਹੜੀ ਬੂਟੀ ਦੀ ਸਫਾਈ ਕਰ ਰਹੇ ਸੀ। ਉੱਥੇ ਸਫਾਈ ਕਰਦੇ ਇੱਕ ਲਿਫਾਫਾ ਮਿਲਿਆ ਮੋਮੀ, ਜਿਹਨੂੰ ਚੈੱਕ ਕਰਨ ਦੇ ਵਿੱਚ ਉਹਦੇ ਵਿੱਚੋਂ ਇੱਕ ਪਿਸਟਲ 30 ਬੋਰ 9 ਰਾਊਂਡ ਜਿੰਦਾ 7.62 .303 ਦੇ 15 ਰਾਊਂਡ, 2 ਮੈਗਜ਼ੀਨ 47 ਦੇ 60 ਰਾਊਂਡ ਜਿਹੜੇ ਉਹ ਬਰਾਮਦ ਹੋਏ ਆ, ਜਿਸ 'ਤੇ ਮੁਕੱਦਮਾ ਨੰਬਰ 55/6/7/21 __25/54 ਨਾਮ ਨੂੰ ਵਿਅਕਤੀ ਦਰਜ ਕਰਕੇ ਜਿਹੜੀ ਤਫਤੀਸ਼ ਜਿਹੜੀ ਹੈ ਆਰੰਭ ਦਿੱਤੀ। ਭਾਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਸ਼ੁਰੂ। ਪਿਓਰ ਵਾਟਰ ਹੈਲਥੀ ਲਾਈਫ NGO ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ। ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋ ਮਜਾਰਾ ਰਾਣੂਆ ਤੋਂ ਸ਼ੁਰੂ। NRI ਤੇ ਦਾਨੀ ਸੱਜਣਾਂ ਨੂੰ ਅਪੀਲ ਕਿ ਆਓ ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਬਿਮਾਰੀਆਂ ਜਿਵੇਂ ਟਾਈਫਾਇਡ, ਪੇਟ ਗੈਸ, ਪੀਲੀਆ, ਜੋੜਾਂ ਦਾ ਦਰਦ, ਕਬਜ਼, ਬੁਖਾਰ ਤੇ ਕੈਂਸਰ ਤੋਂ ਬਚਾਈਏ। ਸਲਾਹ ਤੇ ਸਹਿਯੋਗ ਕਰਨ ਲਈ ਸੰਪਰਕ ਨੰਬਰ ਪਰਮਜੀਤ ਸਿੰਘ ਰਾਣਾ ਪੰਜਾਬ 70098070 83 ਅਤੇ ਰਘੁਵੀਰ ਸਿੰਘ ਆਸਟ੍ਰੇਲੀਆ 042-6769-463